ਸਸਿਆਕਾਲ ਪੰਜਾਬ ਭਾਰਤ ਅਮਰੀਕਾ ਦੀਆਂ ਇੰਗਲਿਸ਼ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ daily.com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਾਬਿਤ ਕਾਰੋਬਾਰ ਅਤੇ ਸਾਧਨਾ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਅਨੁਜਾ ਕਸ਼ਯਪ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਹਨ। ਪੰਜਾਬ ਵਿੱਚ ISI ਬੈਕਡ ਰੈਡੀਕਲ ਮੋਡਿਊਲ ਦੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਡਿਮਾਂਡ ਅਤੇ ਸਪਲਾਈ ਦੇ ਫਰਕ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਭੜਕਾਇਆ ਹੈ। ਭਾਰਤ ਵਿੱਚ ਬੁੱਧਵਾਰ ਨੂੰ ਗਲੋਬਲ ਟ੍ਰੇਡ ਵਾਰ ਦੇ ਡਰ ਕਰਕੇ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਸਾਬਕਾ ਪਾਕਿਸਤਾਨੀ ਕੈਪਟਨ ਸ਼ਾਹਿਦ ਅਫਰੀਦੀ ਦੀ ਉਸਦੇ ਕਸ਼ਮੀਰ ਤੇ ਕੀਤੇ ਗਏ ਟਵੀਟ ਤੇ ਨਿੰਦਾ ਕੀਤੀ ਗਈ। ਅਮਰੀਕਾ ਵਿੱਚ 2017 ਵਿੱਚ ਭਾਰਤ ਦੇ ਨਾਲ ਵਪਾਰ ਕੁਝ 6% ਤੋਂ ਘਟ ਗਿਆ ਹੈ ਅਤੇ ਭਾਰਤ ਅਮਰੀਕਾ ਤੇ ਜਾਪਾਨ ਨੇ 9th ਟ੍ਰਾਈਲੇਟਰਲ ਮੀਟਿੰਗ ਦਾ ਆਯੋਜਨ ਕੀਤਾ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ ਭਾਰਤ ਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਚੱਲ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਪਾਕਿਸਤਾਨ ਦੇ ਜਾਸੂਸੀ ISI ਦੀ ਯੋਜਨਾ ਨੂੰ ਵਿਫਲ ਕਰ ਦਿੱਤਾ ਹੈ ਜੋ ਰਾਜ ਵਿੱਚ ਫੇਰ ਤੋਂ ਅਸ਼ਾਂਤੀ ਪੈਦਾ ਕਰ ਸਕਦਾ ਸੀ। ਕਥਿਤ ਤੌਰ ਤੇ ਪਾਕਿਸਤਾਨ ਲਈ ਕੰਮ ਕਰਨ ਵਾਲੇ 4 ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਯੋਜਨਾ ਨੂੰ ਬੇਨਕਾਬ ਕੀਤਾ ਗਿਆ ਸੀ। ਪੁਲਿਸ ਨੇ ਮੁਲਾਜ਼ਮਾਂ ਲਈ 4 ਦਿਨ ਦੀ ਹਿਰਾਸਤ ਮੰਗੀ ਹੈ। ਰਾਜ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕਿਹਾ ਹੈ ਕਿ ਰੇਤ ਦੀ ਡਿਮਾਂਡ ਅਤੇ ਸਪਲਾਈ ਵਿਚਕਾਰ ਫਰਕ ਗੈਰ ਕਾਨੂੰਨੀ ਖੁਦਾਈ ਨੂੰ ਵਧਾ ਰਹੀ ਹੈ। ਸਰਕਾਰ ਨੇ ਮੰਨਿਆ ਹੈ ਕਿ ਕਾਨੂੰਨੀ ਤੌਰ ਤੇ ਨਿਲਾਮੀ ਤੋਂ ਖਰੀਦੀ ਰੇਤ ਦੀ ਸਪਲਾਈ ਬਾਜ਼ਾਰ ਦੀ ਮੰਗ ਤੋਂ ਘੱਟ ਸੀ। ਪੰਜਾਬ ਦੇ ਲੋਕ ਸਭਾ MPs ਮੀਡੀਆ ਅਤੇ ਸਰਕਾਰ ਦਾ ਧਿਆਨ ਆਪਣੇ ਵੱਲ ਕਰਨ ਲਈ ਪਾਰਲੀਮੈਂਟ ਦੇ ਕੰਪਾਊਂਡ ਵਿੱਚ ਇੱਕ ਦਲਾਨ ਵਿੱਚ ਚੜੇ। ਉਹ ਡੀਜ਼ਲ ਅਤੇ ਪੈਟਰੋਲ ਦੀ ਕੀਮਤਾਂ ਵਧਣ ਦੇ ਸਮੇਤ ਹੋਰ ਕਾਫੀ ਮੁੱਦਿਆਂ ਤੇ ਆਵਾਜ਼ ਉਠਾ ਰਹੇ ਹਨ। ਗੈਰ ਕਾਨੂੰਨੀ ਖੁਦਾਈ ਦੇ ਪਕੜੇ ਜਾਣ ਤੋਂ ਬਾਅਦ ਰਾਜ ਵਿੱਚ ਰੇਤ ਦੀ ਕੀਮਤ ਦੁੱਗਣੀ ਹੋ ਗਈ ਹੈ। ਰੇਤ ਦੀ ਕੀਮਤਾਂ 1400 ਰੁਪਏ ਹਰ ਕਿਊਬਿਕ ਤੋਂ ਵੱਧ ਕੇ 3800 ਰੁਪਏ ਹਰ ਕਿਊਬਿਕ ਹੋ ਗਈ ਹੈ। ਸਤਲੁਜ ਰਿਵਰ ਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਦੇਖਣ ਤੋਂ ਬਾਅਦ CM ਅਮਰਿੰਦਰ ਸਿੰਘ ਨੇ ਇਹ ਕਾਰਵਾਈ ਕੀਤੀ ਸੀ। ਸਾਬਕਾ SGPC ਪ੍ਰੈਜ਼ੀਡੈਂਟ ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ 523 ਮੁਲਾਜ਼ਮਾਂ ਨੂੰ ਬਰਖਾਸਤ ਕਰਨ ਤੇ ਚਿੰਤਾ ਜ਼ਾਹਿਰ ਕੀਤੀ ਹੈ। ਹਾਲ ਹੀ ਵਿੱਚ ਕਮੇਟੀ ਨੇ ਕਰਮਚਾਰੀਆਂ ਦੀ ਨੌਕਰੀਆਂ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ। ਬਡੂੰਗਰ ਦਾਅਵਾ ਕਰਦਾ ਹੈ ਕਿ ਸਾਰੇ ਭਾਰਤੀ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਦੇ ਅਨੁਸਾਰ ਕੀਤੇ ਗਏ ਸਨ। ਐਸਡੀ ਰਾਜ ਸਭਾ MP ਨਰੇਸ਼ ਗੁਜਰਾਲ ਨੇ ਆਂਧਰਾ ਪ੍ਰਦੇਸ਼ CM ਅਤੇ TDP ਪ੍ਰੈਜ਼ੀਡੈਂਟ N ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕਰਕੇ ਰਾਜ ਦੇ ਵਿਸ਼ੇਸ਼ ਵਰਗ ਦੀ ਸਥਿਤੀ ਦਾ ਸਮਰਥਨ ਕੀਤਾ। ਵਿਸ਼ੇਸ਼ ਦਰਜਾ ਆਂਧਰਾ ਪ੍ਰਦੇਸ਼ ਸਰਕਾਰ ਨੂੰ ਹੋਰ ਸ਼ਕਤੀ ਪ੍ਰਦਾਨ ਕਰੇਗਾ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੇ ਟਿਊਸ਼ਨ ਫੀਸ ਅਤੇ ਮੈਡੀਕਲ ਪੋਸਟ ਗ੍ਰੈਜੂਏਟਸ ਕੋਰਸਿਸ ਲਈ ਸਰਕਾਰੀ ਕੋਟਾ ਸੀਟ ਦੇ ਵਿਵਾਦ ਦੇ ਦੌਰਾਨ ਕੇਂਦਰੀ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ ਹੈ। ਰਾਜ ਸਰਕਾਰ ਦੇ ਟਿਊਸ਼ਨ ਫੀਸ ਫਿਕਸਡ ਰੱਖਣ ਦੇ ਬਾਵਜੂਦ 2 ਪ੍ਰਮੁੱਖ ਮੈਡੀਕਲ ਕਾਲਜਿਸ ਨੇ ਆਪਣੇ ਨਿਯਮ ਲਾਗੂ ਕੀਤੇ ਹਨ। ਸੁਪਰੀਮ ਕੋਰਟ ਨੇ ਸੜਕ ਤੇ ਨਾਗਰਿਕਤਾ ਦੀ ਘਾਟ ਦਾ ਵਰਣਨ ਕੀਤਾ ਹੈ ਜਿਸ ਤੋਂ ਅਕਸਰ ਸੜਕਾਂ ਤੇ ਐਕਸੀਡੈਂਟ ਹੁੰਦੇ ਹਨ। ਜਸਟਿਸ ਜੇ ਚਿਲਾਮੇਸ਼ਵਰ 1988 ਵਿੱਚ ਪੰਜਾਬ ਦੇ ਲੋਕਲ ਬਾਡੀਜ਼ ਮਿਨਿਸਟਰ ਨਵਜੋਤ ਸਿੰਘ ਸਿੱਧੂ ਦੇ ਰੋਡ ਰੇਜ ਕੇਸ ਦੀ ਸੁਣਵਾਈ ਕਰ ਰਿਹਾ ਸੀ। ਅੰਮ੍ਰਿਤਸਰ ਤੋਂ ਕਾਂਗਰਸ MP ਗੁਰਜੀਤ ਸਿੰਘ ਔਜਲਾ ਨੇ ਗੋਲਡਨ ਟੈਂਪਲ ਵਿੱਚ ਕਮਿਊਨਿਟੀ ਰਸੋਈ ਤੇ GST ਦੀ ਵਾਪਸੀ ਦੀ ਮੰਗ ਕਰਨ ਦੇ ਲਈ ਪਾਰਲੀਮੈਂਟ ਦੇ ਬਾਹਰ ਖੜੇ ਹਨ। ਉਹਨਾਂ ਨੇ ਇੱਕ ਕੁਰਤਾ ਪਾਇਆ ਸੀ ਜਿਸ ਤੇ ਉਹਨਾਂ ਦੀ ਮੰਗ ਛਪੀ ਹੋਈ ਸੀ। ਗੋਲਡਨ ਟੈਂਪਲ ਦੁਨੀਆ ਦਾ ਸਭ ਤੋਂ ਵੱਡਾ ਕਮਿਊਨਿਟੀ ਰਸੋਈ ਚਲਾਉਂਦਾ ਹੈ ਜੋ ਰੋਜ਼ 50,000 ਭਗਤਾਂ ਨੂੰ ਤਾਜ਼ੀ ਰੋਟੀ ਪ੍ਰਦਾਨ ਕਰਦਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੈਂਕਾਂ ਨੂੰ 2 ਲੱਖ ਰੁਪਏ ਤੱਕ ਦੇ ਕਰਜ਼ੇ ਲੈਣ ਦੇ ਲਈ ਕਿਸਾਨਾਂ ਦੇ ਖਿਲਾਫ ਜ਼ਬਰਦਸਤ ਕਦਮ ਚੁੱਕਣ ਤੋਂ ਰੋਕ ਦਿੱਤਾ ਹੈ। ਇਹੀ ਚੁੱਕਿਆ ਗਿਆ ਕਦਮ 8 ਮਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਜਾਰੀ ਰਹੇਗਾ। ਬੈਂਚ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦੁਖੀ ਕਿਸਾਨਾਂ ਨੂੰ ਵੀ ਵੱਖ-ਵੱਖ ਸਰਕਾਰੀ ਸਕੀਮਾਂ ਦਾ ਫਾਇਦਾ ਦੇਣਾ ਚਾਹੀਦਾ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਲਗਾਤਾਰ 2 ਸੈਸ਼ਨਾਂ ਦੇ ਬਾਅਦ ਭਾਰਤੀ ਇਕਵਿਟੀ ਬਾਜ਼ਾਰ ਦੇ ਮੁੱਖ ਸੂਚਕਾਂਕ BSE ਸੈਂਸੈਕਸ ਅਤੇ NSE ਨਿਫਟੀ 50 ਵਿੱਚ ਬੁੱਧਵਾਰ ਨੂੰ ਗਲੋਬਲ ਟ੍ਰੇਡ ਵਾਰ ਜੰਗ ਦੇ ਕਾਰਨ ਗਿਰਾਵਟ ਵੇਖੀ ਗਈ। ਇਹ ਸਭ ਚਾਈਨਾ ਦੇ ਅਮਰੀਕਾ ਤੋਂ ਆਯਾਤ ਹੋਏ ਉਤਪਾਦਾਂ ਤੇ $50 ਬਿਲੀਅਨ ਦਾ ਟੈਰਿਫ ਲਾਉਣ ਤੋਂ ਬਾਅਦ ਹੋਇਆ। ਸਾਬਕਾ ਪਾਕਿਸਤਾਨ ਕੈਪਟਨ ਸ਼ਾਹਿਦ ਅਫਰੀਦੀ ਦੀ ਉਸਦੇ ਕੀਤੇ ਕਸ਼ਮੀਰ ਦੇ ਉੱਤੇ ਟਵੀਟ ਤੇ ਵਿਰਾਟ ਕੋਹਲੀ ਅਤੇ ਉਹਦੇ ਨਾਲ ਹੋਰ ਰਾਸ਼ਟਰੀ ਕ੍ਰਿਕੇਟਰਾਂ ਨੇ ਨਿੰਦਾ ਕੀਤੀ ਸੀ। ਅਫਰੀਦੀ ਨੇ UN ਨੂੰ ਬੇਨਤੀ ਕੀਤੀ ਸੀ ਕਿ ਉਹ ਨਿਰਦੋਸ਼ਾਂ ਦੀ ਹੱਤਿਆ ਨੂੰ ਰੋਕਣ ਦੇ ਲਈ ਇੰਡੀਅਨ ਆਕੂਪਾਈਡ ਕਸ਼ਮੀਰ ਵਿੱਚ ਦਖਲ ਦੇਣ। ਭਾਜਪਾ ਅਤੇ NDP ਦੇ MPs ਫੇਰ ਸ਼ੁਰੂ ਹੋਏ ਬਜਟ ਸੈਸ਼ਨ ਦੇ 23 ਦਿਨਾਂ ਦੇ ਲਈ ਤਨਖਾਹ ਅਤੇ ਅਲਾਉਂਸਿਸ ਨਹੀਂ ਲੈਣਗੇ, ਜਿਸ ਨੂੰ ਵੱਖ-ਵੱਖ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਰੋਸ ਦੇ ਕਾਰਨ ਪੂਰੀ ਤਰ੍ਹਾਂ ਨਾਲ ਵਾਸ਼ ਆਊਟ ਕਰ ਦਿੱਤਾ ਹੈ। MPs ਨੇ ਕਾਂਗਰਸ ਦੀ ਨਿੰਦਾ ਕੀਤੀ ਹੈ ਕਿਉਂਕਿ ਉਹ ਜ਼ਰੂਰੀ ਬਿੱਲਾਂ ਨੂੰ ਪਾਸ ਨਾ ਕਰਕੇ ਅਤੇ ਟੈਕਸ ਪੇਅਰਸ ਦੇ ਪੈਸੇ ਬਰਬਾਦ ਕਰਕੇ ਐਂਟੀ ਡੈਮੋਕ੍ਰੈਟਿਕ ਰਾਜਨੀਤੀ ਵਿੱਚ ਸ਼ਾਮਿਲ ਹੋ ਰਹੇ ਹਨ। ਸੁਪਰੀਮ ਕੋਰਟ ਨੇ ਕੇਂਦਰ ਤੋਂ 2 ਸੀਟਾਂ ਤੋਂ ਚੋਣਾਵ ਲੜਨ ਵਾਲੇ ਉਮੀਦਵਾਰਾਂ ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਦਿੱਲੀ BJP ਦੀ ਇੱਕ ਪਟੀਸ਼ਨ ਦੇ ਜਵਾਬ ਦੀ ਮੰਗ ਕੀਤੀ ਹੈ। ਬਹੁਤ ਸਾਰੇ ਨੇਤਾ 1 ਤੋਂ ਵੱਧ ਸੀਟਾਂ ਤੋਂ ਚੋਣਾਵ ਲੜਦੇ ਹਨ ਅਤੇ ਜੇ ਉਹ 2 ਸੀਟਾਂ ਤੋਂ ਚੁਣੇ ਜਾਂਦੇ ਹਨ ਤਾਂ 1 ਸੀਟ ਛੱਡ ਦਿੰਦੇ ਹਨ।
ਆਧਾਰ ਦਾ ਯੂਨੀਕ ਆਇਡੈਂਟੀਫਿਕੇਸ਼ਨ ਨੰਬਰ ਰਾਜ ਦੇ ਵੱਡੇ ਦਿਲਚਸਪੀ ਵਿੱਚ ਇੱਕ ਨੀਤੀ ਦਾ ਫੈਸਲਾ ਹੈ ਅਤੇ ਇਸ ਨੂੰ ਵਿਸ਼ੇਸ਼ਗੇ ਦੀ ਜਾਣਕਾਰੀ ਦੇ ਬਾਅਦ ਰੱਖਿਆ ਗਿਆ ਹੈ। ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਇਸ ਕਾਰਨ ਇਸ ਵਿੱਚ ਨਿਆਇਕ ਜਾਂਚ ਦੀ ਗੁੰਜਾਇਸ਼ ਸੀਮਿਤ ਹੈ। ਪੀਐਮ ਨਰਿੰਦਰ ਮੋਦੀ ਬੀਆਰ ਅੰਬੇਡਕਰ ਦੇ ਨਾਮ ਤੇ ਰਾਜਨੀਤੀ ਖੇਡਣ ਲਈ ਕਾਂਗਰਸ ਤੇ ਗੁੱਸਾ ਹੋਏ ਹਨ ਅਤੇ ਕਿਹਾ ਹੈ ਕਿ ਕਿਸੇ ਹੋਰ ਸਰਕਾਰ ਨੇ ਉਸ ਵਰਗੇ ਦਲਿਤ ਆਈਕਨ ਨੂੰ ਸਨਮਾਨਿਤ ਨਹੀਂ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਨੇ ਉਹਨਾਂ ਦੇ ਮੈਮਰੀ ਵਿਚਲੇ ਸਾਰੇ ਪ੍ਰੋਜੈਕਟਸ ਨੂੰ ਪੂਰਾ ਕਰ ਲਿਆ ਹੈ। ਰਾਜ ਦੁਆਰਾ ਚਲਾਏ ਜਾ ਰਹੇ ਬੈਂਕਾਂ ਨੇ ਅਪ੍ਰੈਲ 2014 ਤੋਂ ਸਪਤੰਬਰ 2017 ਤੱਕ ਕੁਝ 2.42 ਲੱਖ ਕਰੋੜ ਰੁਪਏ ਦੀ ਗੈਰ ਪ੍ਰਾਪਤੀ ਵਾਲੀ ਜਾਇਦਾਦ ਨੂੰ ਲਿਖਿਆ ਹੈ। ਰਾਜ ਦੇ ਫਾਈਨੈਂਸ ਮਿਨਿਸਟਰ ਸ਼ਿਵ ਪ੍ਰਤਾਪ ਸ਼ੁਕਲਾ ਨੇ ਇਹ ਵੀ ਕਿਹਾ ਹੈ ਕਿ ਡਿਊਸ ਦੀ ਵਸੂਲੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਚੱਲ ਰਹੀ ਗਤੀਵਿਧੀਆਂ ਹਨ। ਆਂਧਰਾ ਪ੍ਰਦੇਸ਼ ਦੇ ਚੀਫ ਮਿਨਿਸਟਰ ਐਨ ਚੰਦਰਬਾਬੂ ਨਾਇਡੂ ਨੇ ਆਪਣੇ ਦਿੱਲੀ ਕਾਊਂਟਰਪਾਰਟ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ। ਕੇਂਦਰ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਲਈ ਸਹਿਯੋਗ ਮੋਬਿਲਾਈਜ਼ ਕਰਨਾ ਇਹ ਉਹਨਾਂ ਦਾ ਯਤਨ ਦਾ ਹਿੱਸਾ ਹੈ। ਬੁੱਧਵਾਰ ਨੂੰ ਆਸਟ੍ਰੇਲੀਆ ਵਿੱਚ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਕਾਮਨਵੈਲਥ ਗੇਮਸ ਦੇ 21ਵੇਂ ਐਡੀਸ਼ਨ ਦੇ ਸ਼ਾਨਦਾਰ ਉਦਘਾਟਨ ਤੇ ਇੰਡੀਅਨ ਕੰਟੀਜੈਂਟ ਦੀ ਅਗਵਾਈ ਕੀਤੀ। ਕੁੱਲ 71 ਦੇਸ਼ 275 ਖੇਡਾਂ ਵਿੱਚ ਮੁਕਾਬਲਾ ਕਰਨਗੇ ਜੋ ਕਿ 19 ਡਿਸਿਪਲਿਨਸ ਵਿੱਚ ਹੋਵੇਗਾ ਜੋ 15 ਅਪ੍ਰੈਲ ਨੂੰ ਖਤਮ ਹੋਣਗੇ। ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨਵੀਨਤਮ ਸੈਲੀਬ੍ਰਿਟੀ ਹਨ ਜਿਨ੍ਹਾਂ ਦੀ ਮੋਮ ਦੀ ਮੂਰਤੀ ਨਿਊ ਦਿੱਲੀ ਦੇ ਮੈਦਾਨ ਤੁਸਾਰਜ਼ ਵਿੱਚ ਦਰਸਾਈ ਗਈ ਹੈ। ਸ਼ਾਹਰੁਖ ਦੀ ਵਿਸਤਾਰਿਤ ਸ਼ਕਲ ਉਸ ਦੀ ਕਲਾਸਿਕ ਰੋਮਾਂਟਿਕ ਪੋਜ਼ ਵਿੱਚ ਬਣਾਈ ਗਈ ਹੈ ਜਿਸ ਵਿੱਚ ਉਸਦੇ ਹੱਥ ਖੁੱਲ੍ਹੇ ਹਨ। ਮੋਮ ਦੀ ਮੂਰਤੀ ਤੇ ਨੀਲੀ ਸ਼ੇਰਵਾਨੀ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਚੱਲ ਵਾਪਸ ਆਵਾਂਗੇ। ਇੰਡੀਅਨ ਟਾਈਮਸ daily.com ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਅਮਰੀਕਾ ਦੀਆਂ 10 ਮੁੱਖ ਖਬਰਾਂ ਹਨ। ਪਿਛਲੇ ਸਾਲ ਦੇ ਮੁਕਾਬਲੇ ਭਾਰਤ ਨਾਲ ਵਪਾਰਕ ਘਾਟਾ 2017 ਵਿੱਚ ਤਕਰੀਬਨ 6% ਘਟਿਆ ਹੈ। ਇਹ ਇਸ ਤਰ੍ਹਾਂ ਹੈ ਜਦ ਅਮਰੀਕਾ ਉਸਦੇ ਆਯਾਤ ਕੀਤੇ ਉਤਪਾਦਾਂ ਤੇ ਮਾਰਕੀਟ ਐਕਸੈਸ ਅਤੇ ਜ਼ਿਆਦਾ ਟੈਰਿਫ ਲਾਉਣ ਜਾਰੀ ਕਰਦਾ ਹੈ। ਪਿਛਲੇ ਸਾਲ ਦੇ ਮੁਕਾਬਲੇ 18.7% ਵੱਧ ਭਾਰਤ ਨੂੰ $25.7 ਬਿਲੀਅਨ ਬਰਾਮਦ ਕੀਤੇ ਗਏ ਹਨ। ਭਾਰਤ, ਜਾਪਾਨ ਅਤੇ US ਨੇ ਨਿਊ ਦਿੱਲੀ ਵਿੱਚ ਦਿਲਚਸਪੀ ਦੇ ਲਈ ਖੇਤਰੀ ਅਤੇ ਗਲੋਬਲ ਮੁੱਦਿਆਂ ਤੇ ਵਿਚਕਾਰ ਕੰਸਲਟੇਸ਼ਨਸ ਦੇ ਲਈ 9th ਟ੍ਰਾਈਲੇਟਰਲ ਮੀਟਿੰਗ ਦਾ ਆਯੋਜਨ ਕੀਤਾ ਹੈ। ਦੇਸ਼ ਨੇ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ, ਕਾਊਂਟਰ ਪ੍ਰੋਲੀਫਰੇਸ਼ਨ, ਅੱਤਵਾਦ ਵਿਰੋਧੀ ਅਤੇ ਮੈਰੀਟਾਈਮ ਸੁਰੱਖਿਆ ਵਧਾਉਣ ਦੇ ਲਈ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਵਾਈਟ ਹਾਊਸ ਨੇ ਸੀਰੀਆ ਵਿੱਚ ਆਪਣੀ ਫੌਜਾਂ ਦੇ ਭਵਿੱਖ ਬਾਰੇ ਫੈਸਲਾ ਕੀਤਾ ਹੈ ਅਤੇ ਛੇਤੀ ਹੀ ਇਸ ਦਾ ਐਲਾਨ ਕੀਤਾ ਜਾਵੇਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਹਾਲ ਹੀ ਵਿੱਚ ਅਮਰੀਕਨ ਫੌਜਾਂ ਨੂੰ ਵਾਪਸ ਲਿਆਉਣ ਦੇ ਉਸ ਦੇ ਇਰਾਦੇ ਨੂੰ ਦੁਹਰਾਇਆ ਸੀ ਅਤੇ ਕਿਹਾ ਸੀ ਕਿ IS ਦੇ ਖਿਲਾਫ ਲਗਭਗ ਪੂਰੀ ਹੋ ਗਈ ਹੈ। ਕੈਲੀਫੋਰਨੀਆ ਵਿੱਚ ਯੂਟਿਊਬ ਦੇ ਮੁੱਖ ਦਫ਼ਤਰ ਵਿੱਚ ਇੱਕ ਔਰਤ ਨੇ 3 ਲੋਕਾਂ ਨੂੰ ਵੀਡੀਓ ਸ਼ੇਅਰਿੰਗ ਪਲੇਟਫਾਰਮ ਤੇ ਆਪਣੇ ਪੋਸਟਿੰਗ ਵਿੱਚ ਆਏ ਭੇਦਭਾਵ ਕਰਕੇ ਹੈਂਡਗਨ ਨਾਲ ਗੋਲੀ ਮਾਰ ਦਿੱਤੀ। ਉਸ ਔਰਤ ਨੇ ਬਾਅਦ ਵਿੱਚ ਖੁਦਕੁਸ਼ੀ ਕਰ ਲਈ। ਮੁਲਜ਼ਮ ਨੇ ਇਲਜ਼ਾਮ ਲਾਇਆ ਸੀ ਕਿ ਯੂਟਿਊਬ ਉਸਦੇ ਵੀਡੀਓ ਨੂੰ ਫਿਲਟਰ ਕਰ ਰਿਹਾ ਹੈ ਅਤੇ ਇਸ ਨਾਲ ਉਹ ਜੋ ਪੈਸੇ ਕਮਾ ਸਕਦੀ ਹੈ ਉਹ ਨਹੀਂ ਕਮਾ ਪਾ ਰਹੀ ਸੀ। US ਪ੍ਰੈਜ਼ੀਡੈਂਟ ਡੋਨਲਡ ਟਰੰਪ US ਮੈਕਸੀਕੋ ਦੀ ਸਰਹੱਦ ਦੀ ਰਾਖੀ ਲਈ ਫੌਜਾਂ ਭੇਜੇਗਾ ਜਦੋਂ ਤੱਕ ਉੱਥੇ ਬਾਰਡਰ ਦੀ ਦੀਵਾਰ ਨਹੀਂ ਬਣਦੀ। ਪ੍ਰੈਜ਼ੀਡੈਂਟ ਨੇ ਫੌਜਾਂ ਭੇਜਣ ਦਾ ਫੈਸਲਾ ਇਸ ਲਈ ਕੀਤਾ ਤਾਂ ਕਿ ਉਹ ਬਾਰਡਰ ਤੋਂ ਆਉਣ ਵਾਲੇ ਸੈਂਟਰਲ ਅਮਰੀਕਨ ਮਾਈਗ੍ਰੈਂਟਸ ਨੂੰ ਰੋਕ ਸਕਣ। ਵਾਸ਼ਿੰਗਟਨ ਅਤੇ ਬੀਜਿੰਗ ਵਿੱਚ ਵਪਾਰ ਦੀ ਲੜਾਈ ਜਾਰੀ ਹੈ। ਚਾਈਨਾ ਦੇ 106 ਅਮਰੀਕੀ ਉਤਪਾਦਾਂ ਤੇ $50 ਬਿਲੀਅਨ ਟੈਰਿਫ ਲਗਾਇਆ ਗਿਆ ਹੈ। ਅਮਰੀਕਾ ਨੇ 1300 ਚਾਈਨੀਜ਼ ਉਤਪਾਦਾਂ ਤੇ IR ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ। ਚਾਈਨਾ ਨੇ ਅਮਰੀਕਾ ਦੁਆਰਾ WTO ਦੇ ਨਿਯਮਾਂ ਦਾ ਸਪਸ਼ਟ ਉਲੰਘਣ ਕੀਤਾ। ਯੁੱਧ ਦਾ ਸ਼ਿਕਾਰ ਹੋਇਆ ਦੇਸ਼ ਯਮਨ ਵਿੱਚ ਮਾਨਵ ਸੰਕਟ ਦਾ ਹੱਲ ਕਰਨ ਦੇ ਲਈ ਅਮਰੀਕਾ ਯਮਨ ਨੂੰ ਲਗਭਗ $87 ਮਿਲੀਅਨ ਦੀ ਸਹਾਇਤਾ ਕਰੇਗਾ। ਇਸ ਦਾ ਇਸਤੇਮਾਲ ਰੋਟੀ ਲਈ, ਪੀਣ ਵਾਲੇ ਪਾਣੀ ਦੇ ਲਈ ਅਤੇ ਮਾਲ ਨਰਿਸ਼ ਬੱਚਿਆਂ ਦੇ ਇਲਾਜ ਲਈ ਕੀਤਾ ਜਾਏਗਾ। ਰਸ਼ੀਆ ਦੀ ਜਾਂਚ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲ ਜੁੜੇ ਇੱਕ ਵਕੀਲ ਨੂੰ ਅਮਰੀਕੀ ਪ੍ਰੈਜ਼ੀਡੈਂਟ ਦੇ ਮੁਹਿੰਮ ਨਾਲ ਆਪਣੇ ਸੰਪਰਕ ਬਾਰੇ FBI ਨੂੰ ਝੂਠ ਬੋਲਣ ਦੇ ਲਈ 1 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਟਾਰਨੀ ਐਲੈਕਸ ਵੈਨ ਡਰ ਜਵਾਨ 2016 ਵਿੱਚ ਹੋਏ ਰਸ਼ੀਅਨ ਦਖਲਅੰਦਾਜ਼ੀ ਦੀ ਜਾਂਚ ਵਿੱਚ ਪਹਿਲਾ ਦੋਸ਼ੀ ਹੈ ਜਿਸ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਜ਼ਾ ਵੀ ਦਿੱਤੀ ਗਈ। ਚਾਈਨਾ ਅਤੇ US ਵਿਚਕਾਰ ਵਪਾਰਿਕ ਤਣਾਅ ਦੇ ਚਲਦੇ US ਡਾਲਰ ਇੰਡੈਕਸ ਦੁਨੀਆ ਦੇ ਜ਼ਿਆਦਾਤਰ ਮੇਜ਼ਰ ਕਰੰਸੀਜ਼ ਤੋਂ ਘੱਟ ਰਿਹਾ ਹੈ। ਚਾਈਨਾ ਨੇ ਅਮਰੀਕਨ ਉਤਪਾਦਾਂ ਦੀ ਇੱਕ ਸੂਚੀ ਦਾ ਖੁਲਾਸਾ ਕੀਤਾ ਹੈ ਜਿਸ ਦੇ ਆਯਾਤ ਤੋਂ ਉਹ ਕੁੱਲ $50 ਬਿਲੀਅਨ ਦਾ ਟੈਰਿਫ ਲਗਾਉਣਗੇ। ਅਮਰੀਕਨ ਈ ਕਾਮਰਸ ਜਾਇੰਟ ਐਮਾਜ਼ੋਨ ਭਾਰਤੀ ਈ ਕਾਮਰਸ ਫਰਮ ਫਲਿੱਪਕਾਰਟ ਨੂੰ ਖਰੀਦਣ ਦੀ ਇੱਕ ਵਿਰੋਧੀ ਪੇਸ਼ਕਸ਼ ਕਰ ਸਕਦਾ ਹੈ ਜੋ ਵਾਲਮਾਰਟ ਇੰਕ ਨਾਲ ਜੁੜਨ ਲਈ ਗੱਲਬਾਤ ਕਰ ਰਹੇ ਹਨ। ਐਮਾਜ਼ੋਨ ਨਾਲ ਸੌਦੇ ਦੀ ਸੰਭਾਵਨਾ ਘੱਟ ਸੀ ਕਿਉਂਕਿ ਇਸ ਤਰ੍ਹਾਂ ਦਾ ਕੋਈ ਵੀ ਸੌਦਾ ਇੱਕ ਅਧਿਕਾਰ ਦੇ ਸਰੋਕਾਰ ਨੂੰ ਖਿੱਚ ਸਕਦਾ ਹੈ ਜਿਸ ਦੇ ਤੌਰ ਤੇ ਫਲਿੱਪਕਾਰਟ ਤੇ ਐਮਾਜ਼ੋਨ ਭਾਰਤ ਦੇ ਈ ਕਾਮਰਸ ਮਾਰਕੀਟ ਤੇ ਹਾਵੀ ਹਨ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ ਪਰ ਤੁਸੀਂ ਇੰਡੀਅਨ ਟਾਈਮਸ ਡੇਲੀ ਤੇ ਲੌਕਡਾਊਨ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਸ ਤੋਂ ਇਲਾਵਾ ਹੁਣ ਇਸ ਪੋਰਟਲ ਤੇ ਤੁਸੀਂ ਅਕਾਊਂਟਿੰਗ ਫਰਮ ਤੋਂ ਲੈ ਕੇ ਵੈਡਿੰਗ ਪਲੈਨਰ ਤੱਕ ਦੇ ਸਾਰੇ ਅਮਰੀਕਨ ਬਿਜ਼ਨੈਸਿਸ ਅਤੇ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ 'ਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਅਤੇ ਖੁਸ਼ਗਵਾਰ ਗੁਜ਼ਰੇ।
We have already seen Sushant Singh Rajput's dacoit look from Abhishek Chaubey's Son Chiraiya. Wearing a khaki outfit, a tikka, a beard and a gun, Sushant totally nailed it in his look. Now, the female lead Bhumi Pednekar, who already impressed us with her films like Dam Laga Ke Haisha and Toilet Ek Prem Katha, also revealed her look from the film. Her desi look with a rifle on her shoulder will leave you stunned as she lets go of a glamorous avatar. Go by the first look, it seems Bhumi plays a desi woman from the 1970s Chambal Valley in the film. Son Chiraiya revolves around Chambal dacoits and is set in the 1970s. Check out the look and tell us how much do you like this badass avatar of Bhumi. Actress Yami Gautam, who has been roped in for Aditya Dhar's Uri, says she has been looking for roles which represent the strength and courage of girls today. Yami will be playing an intelligence officer alongside actor Vicky Kaushal in the film. Yami said in a statement, "Aditya's passion about the film is infectious and the amount of extensive research he has done is amazing. I am really thrilled to be part of this film. This is the first time I am playing a role like this. I have been looking to do roles like this that represent the strength and courage of today's girls." Uri is about the September 2016 attack on the Indian Army's Uri Brigade in Jammu and Kashmir. Yami will also feature in Shahid Kapoor's star Batti Gul Major Chalu, which is directed by Sri Narayan Singh.